ਅੱਛਾ ਉਹ ਚੀਮਿਆਂ ਦਾ ਨਜ਼ਾਰਾ ਆਇਆ ਕਿ ਨਹੀਂ ਹੁਣ ਨਜ਼ਾਰਾ ਜਿਹੜਾ ਇੱਥੇ ਥੋੜਾ ਫੇਰ ਖਰਾਬ ਹੋ ਰਿਹਾ ਜੱਸਿਆ ਥੋੜਾ ਥੋੜਾ ਮੇਰਾ ਵੀਰ ਪਿੱਛੇ ਨੂੰ ਹਟ ਜਾਓ ਕਿਉਂਕਿ ਸੰਗਤ ਆਹ ਮੈਚ ਵੇਖਣ ਲਈ ਉਤਾਵਲੀ ਹੈ ਹਰੀ ਕੇ ਕਲਾਂ ਪਿੰਡ ਹੈ ਵਿੱਕੀ ਦਾ ਪਿੰਡ ਹੈ ਮੁਕਤਸਰ ਸਾਹਿਬ ਦੀ ਧਰਤੀ ਔਰ ਚਾਰ ਜਾਫੀ ਤਿਆਰ ਨੇ ਇੱਕ ਪਾਸੇ ਜੀਤਾ ਤਲਵੰਡੀ ਚੌਧਰੀਆਂ ਵਾਲਾ ਤੇ ਦੂਜੇ ਪਾਸੇ ਸੇਵਕ ਹੈ ਨੌਜਵਾਨ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਇੰਦਰਜੀਤ ਦਾ ਵੀਰ ਰਵੀ ਕਬੱਡੀ ਪਾ ਰਿਹਾ ਲੈ ਵੀ ਮੇਵਿਆ ਕਰ ਵੀ ਗੱਲ ਨੌਜਵਾਨ ਰਵੀ ਕਲਸ਼ੀਆਂ ਵਾਲਾ ਇੰਦਰਜੀਤ ਦਾ ਵੀਰ ਕਬੱਡੀ ਪਾ ਰਿਹਾ ਸ਼ਾਹਕੋਟ ਦੇ ਲਈ ਖੇਡਦਾ ਹੈ ਮੇਰੇ ਵੀਰੇ ਲੁੱਧਰ ਦੇ ਨਾਲ ਲੱਖੇ ਨੇ ਤਕੜਾ ਜਫਾ ਲਾਇਆ ਕੈਨੇਡਾ ਦੇ ਵਿੱਚ ਵੀ ਮੁੰਡੇ ਦੀ ਗੱਲ ਹੋਈ ਹੈ ਭੂੰਦੜ ਵਾਲਾ ਅਮਨ ਹੈ ਭੀਮਾ ਹੈ ਸੱਤੂ ਹੈ ਸਰਾਵਾਂ ਜ਼ਿਲ੍ਹਾ ਫਰੀਦਕੋਟ ਇਹ ਅਮਨ ਆ ਭੂੰਦੜ ਵਾਲਾ ਬਠਿੰਡੇ ਵਾਲਾ ਜਫਾ ਨਹੀਂ ਲਾ ਸਕਿਆ ਰਵੀ ਪੁਆਇੰਟ ਲੈ ਕੇ ਵਾਪਸ ਲਓ ਸੁਖਵੀਰ ਸਰਾਵਾਂ ਵਾਲਾ 20 ਸਾਲ ਤੋਂ ਖੇਡਦਾ ਆ ਰਿਹਾ ਹੈ ਪਿਛਲੇ ਕਹਿੰਦੇ 20 ਸਾਲਾਂ ਤੋਂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਕਬੱਡੀ ਖੇਡਦਾ ਆ ਰਿਹਾ ਤੇ ਕਈ ਖਿਡਾਰੀਆਂ ਦੀ ਜਿਹੜੀ ਉਮਰ ਹੋਣੀ ਹੈ 20 ਸਾਲ ਦੀ ਸਰਾਵਾਂ ਵਾਲੇ ਦੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਦੁਨੀਆ ਦਾ ਮਹਾਨ ਹੈ ਟੌਪਰ ਹੈ ਆਹ ਸਾਹਮਣੇ ਵੇਖਦਾ ਵੀ ਨੰਬਰ ਅੰਮ੍ਰਿਤ ਫਤਿਹਗੜ੍ਹ ਛੰਨਾ ਦਾ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਪੁਆਇੰਟ ਕਲਸੀਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਕਲਸੀਆਂ ਤੇ ਸਰਾਵਾਂ ਦਾ ਬਹੁਤ ਹੀ ਸਿਰੇ ਦਾ ਮੈਚ ਕਮਲ ਕਲਸੀਆਂ ਪਿੰਡ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਸਰਾਵਾਂ ਵਾਲੇ ਲੱਖੇ ਨੇ ਪਹਿਲਾ ਜੱਫਾ ਲਾ ਕੇ ਧੰਨ ਧੰਨ ਕਰਵਾ ਦਿੱਤੀ ਹੈ ਅਮਨਾ ਭੂੰਦੜ ਤਿਆਰ ਹੈ ਲੱਖਾਂ ਸਰਾਵਾਂ ਇੱਕ ਪਾਸੇ ਕੋਸ਼ਿਸ਼ ਕੀਤੀ ਹੋਈ ਹੈ ਅਲਟੋ ਗੱਡੀ ਨਾਲ ਸਨਮਾਨ ਹੋਇਆ ਆਪਣੇ ਪਿੰਡ ਦੇ ਮੇਲੇ ਤੇ ਔਰ ਦੂਜੇ ਪਾਸੇ ਕਮਲ 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 ਵਾਹ ਨੌਜਵਾਨ ਹੈ ਕਿ ਬੋਲੇ ਹੋਏ ਮਿੱਤਰਾਂ ਦੇ ਬੋਲ ਗੂੰਜਦੇ ਵੱਜਦੇ ਕਬੱਡੀ ਵਾਲੇ ਢੋਲ ਗੂੰਜਦੇ ਜੋ ਟੋਕੇ ਵਾਲੀ ਪੁਲੀ ਉੱਤੇ ਪਟਾ ਚੱਲਦਾ ਰਾਜੇ ਖੇਲੇ ਲੋਕਾਂ ਦੇ ਤਾਂ ਨੋਟ ਚੱਲਦੇ ਪਰ ਮਿੱਤਰਾਂ ਦਾ ਇੱਕ ਇੱਕ ਟਕਾ ਚੱਲਦਾ ਪਰ ਮਿੱਤਰਾਂ ਦਾ ਇੱਕ ਇੱਕ ਟਕਾ ਚੱਲਦਾ ਦਿਆਲਪੁਰੇ ਮਿਰਜੇ ਵਾਲਾ ਕਰਨ ਜਲਾਲ ਦੇ ਲਾਗੇ ਪਿੰਡ ਹੈ ਭਗਤੇ ਭਾਈਕੇ ਦੇ ਲਾਗੇ ਆਹ ਕਰਨ ਦੀ ਪਈ ਹੋਈ ਰੇਡ ਔਰ ਦੂਜੇ ਪਾਸੇ ਅੰਮ੍ਰਿਤ ਫਤਿਹਗੜ੍ਹ ਛੰਨਾ ਪਿੰਡ ਵਾਲਾ ਜ਼ਿਲ੍ਹੇ ਪਟਿਆਲੇ ਦਾ ਐਨ ਟੌਪਰ ਜਾਫੀ ਸਾਡੀ ਖੇਡ ਕਬੱਡੀ ਦਾ ਲਾਊ ਜੱਫਾ ਕੇ ਨਹੀਂ ਸਵਾਦ ਵੱਖਰਾ ਵੱਜਦੇ ਪੰਪ ਤੇ ਪੁਆਇ ਉਹ ਚੀਮੇ ਵਾਲੇ ਉਹ ਕਿਵੇਂ ਲੱਗਿਆ ਜੱਫਾ ਉਧਰ ਲੱਖੇ ਲੱਖੇ ਸਰਾਵਾਂ ਦੇ ਜੱਫੇ ਤੋਂ ਖੁਸ਼ ਹੋ ਕੇ ਸਾਡਾ ਭਰਾ ਰਮਨ ਸਿੱਧੂ ਤੇ ਨਿਰਮਲ ਵੱਲੋਂ ਬਹੁਤ ਸਾਰਾ ਮਾਣ ਕੀਤਾ ਗਿਆ 200 ਰੁਪਇਆ ਰਮਨ ਸਿੱਧੂ ਸਾਡਾ ਵੀਰ ਅੱਜ ਵਿਸ਼ੇਸ਼ ਤੌਰ ਤੇ ਕਾਲੇ ਦੇ ਨਾਲ ਯਾਰੀਆਂ ਪਕਾਉਣ ਦੇ ਲਈ ਪੁੱਜਿਆ ਰਵੀ ਕਲਸ਼ੀਆਂ ਵਾਲਾ ਭੂੰਦੜ ਵਾਲਾ ਅਮਨਾ ਮੇਰੇ ਵੀਰੇ ਬਠਿੰਡੇ ਵਾਲਾ ਇਹ ਕਲਸ਼ੀਆਂ ਵਾਲਾ ਸਿਰਾ ਕਰਵਾ ਰਿਹਾ ਸਿੰਘ ਮਾਰਦੇ ਠੋਕਰ ਤਖਤਾਂ ਤਾਜਾਂ ਨੂੰ ਨਾ ਫੜ ਕਾਂਬਲੀਏ ਨਾ ਫਰੋੜਦੇ ਬਾਜਾਂ ਨੂੰ ਨਾ ਫੜ ਕਾਂਬਲੀਏ ਨਾ ਫਰੋੜਦੇ ਬਾਜਾਂ ਨੂੰ ਲੈ ਵੀ ਜਲਾਲ ਵਾਲਿਆ ਕਰ ਗੱਲ ਮੁੰਡੇ ਦੀ ਲਓ ਸੇਵਕ ਹਰੀ ਕੇ ਕਲਾਂ ਪਿੰਡ ਵਾਲਾ ਕਬੱਡੀ ਪਾ ਰਿਹਾ ਇੰਦਰਜੀਤ ਆਹ ਘੋੜਿਆ ਕਮਾਲ ਕਰ ਦਿੱਤੀ ਨੌਜਵਾਨਾਂ ਪਰ ਨੌਜਵਾਨ ਸੇਵਕ ਵੀ ਕਹਿੰਦੇ ਚੋਟੀ ਦਾ ਰੇਡਰ ਬਣ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਗੱਲਾਂ ਹੋਣਗੀਆਂ ਵਿੱਕੀ ਦੇ ਪਿੰਡ ਦਾ ਖਿਡਾਰੀ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਬਾਬਾ ਭੋਲਾਗਿਰ ਸਪੋਰਟਸ ਕਲੱਬ ਨਾਨਕਸਰ ਚੀਮਾ ਜਿਹੜਾ ਸੰਗਰੂਰ ਦੀ ਧਰਤੀ ਹੈ ਆਹ ਸਾਹਮਣੇ ਵੇਖਣਾ ਵੀ ਕਾਲਾ ਨੌਜਵਾਨ ਕਮਲ ਤੇ ਦੂਜੇ ਪਾਸੇ ਅਮਨ ਅਮਨ ਤੇ ਕਮਲ ਅਮਨ ਤੇ ਕਮਨ ਇਸ ਵੇਲੇ ਜੱਫਾ ਇੱਧਰ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਨਿਰਮਲ ਸਿੰਘ ਜੀ ਚੀਮਾ ਵੱਲੋਂ 200 ਰੁਪਇਆ ਸਰਾਵਾਂ ਵਾਲੇ ਸੁਖਵੀਰ ਦੀ ਕਬੱਡੀ ਤੇ ਹੈ ਇਹ ਇੰਡੀਆ ਦੀ ਟੀਮ ਦਾ ਕਪਤਾਨ ਮੇਰੇ ਵੀਰੋ ਕਬੱਡੀ ਪਾ ਰਿਹਾ ਸਰਵਾਲ ਸਿੰਘ ਬਰਾੜ ਦਾ ਪੁੱਤ ਇੰਦਰਜੀਤ ਹੈ ਇੰਦਰਜੀਤ ਦੇ ਵੱਡੇ ਰਿਕਾਰਡ ਨੇ ਕਦੇ ਕਹਿੰਦੇ ਮੇਰੇ ਪੰਜਾਬੀ ਵੀਰੋ ਸੈਦੋਵਾਲ ਦੇ ਕੱਪ ਤੇ ਕਦੇ ਅਕਲਪੁਰ ਦੇ ਕੱਪ ਤੇ ਗੱਲਾਂ ਵੱਖਰੀਆਂ ਕੀਤੀਆਂ ਦੋ ਭਰਾ ਨੇ ਤੇ ਦੋਨੋਂ ਕਬੱਡੀ ਖੇਡਦੇ ਆ ਇੱਕ ਨੇ ਜੱਫਾ ਲਾਇਆ ਦੂਜਾ ਰੇਡ ਪਾਉਣ ਜਾ ਰਿਹਾ ਸਿੱਖੀ ਸਰੂਪ ਦੇ ਵਿੱਚ ਆਹੋ ਸਾਹਮਣੇ ਵੇਖਦਾ ਵੀ ਇੰਦਰਜੀਤ ਦਾ ਵੀਰ ਜਿਹਨੂੰ ਲੱਗਦਾ ਵੀ ਇੰਦਰਜੀਤ ਦਾ ਭਰਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਚੋਟੀ ਦਾ ਖਿਡਾਰੀ ਬਣੇਗਾ ਜੇ ਮਿਹਨਤ ਕਰਦਾ ਰਿਹਾ ਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਜੇ ਮੈਚ ਦਾ ਸਵਾਦ ਆ ਗਿਆ ਰੌਲਾ ਰੂਲਾ ਪਾ ਦਿਓ ਚਿੰਮਿਆਰੇ ਇਹ ਮੈਚ ਕਹਿੰਦੇ ਫਾਈਨਲ ਮੈਚ ਵਰਗਾ ਕੁਆਟਰ ਚ ਭਿੜ ਗਈਆਂ ਟੀਮਾਂ ਕਰਨ ਦਿਆਲਪੁਰਾ ਮਿਰਜੇ ਕਾ ਦੇਵ ਦਾ ਪਿੰਡ ਹੈ ਦੇਵ ਕਹਿੰਦੇ ਵੱਡੇ ਵੱਡੇ ਕਬੱਡੀ ਕੱਪਾਂ ਦੇ ਫੈਸਲੇ ਕਰਦਾ ਲਓ ਹੋ ਗਈ ਹੈ ਬੱਲੇ ਬੱਲੇ ਤੇ ਪੁਆਇੰਟ ਸਰਾਵਾਂ ਦਾ ਹੈ ਉਧਰ ਰਮਨ ਸਿੱਧੂ ਬੈਠਾ ਹੈ ਜਿੰਨੇ ਜੱਫੇ ਲੱਖਾਂ ਸਰਾਵਾਂ ਵਾਲਾ ਲਾਊਗਾ ਹਰੇਕ ਜੱਫੇ ਦਾ 200 ਰੁਪਇਆ ਰਮਨ ਸਿੱਧੂ ਵੱਲੋਂ ਵੀਰ ਐਡਵੋਕੇਟ ਵੱਲੋਂ ਦਿੱਤਾ ਜਾਵੇਗਾ ਅਗਲੀ ਰੇਡ ਕਾਲਾ ਧਨੌਲੇ ਪਿੰਡ ਵਾਲਾ ਟਰੈਕਟਰਾਂ ਦਾ ਜੇਤੂ ਟਰਾਲਿਆਂ ਦਾ ਜੇਤੂ ਆਸਟ੍ਰੇਲੀਆ ਦੇ ਪਨਵਿਕ ਕੱਪ ਦਾ ਬੈਸਟ ਰੇਡਰ ਮੇਰੇ ਵੀਰੋ ਇਸ ਵੇਲੇ ਕਬੱਡੀ ਪਾ ਰਿਹਾ
ਧਨੌਲੇ ਪਿੰਡ ਵਾਲਾ ਸੁਖਜਿੰਦਰ ਸਿੰਘ ਅੱਜ ਪਹਿਲਾ ਮੈਚ ਖੇਡ ਰਿਹਾ ਬੜੇ ਲੰਬੇ ਸਮੇਂ ਬਾਅਦ। ਬਾਹੋ ਕਾਲਿਆ ਧਨੌਲੇ ਪਿੰਡ ਵਾਲਿਆ, ਭਿੰਦੇ ਨੂੰ ਆਪਣਾ ਉਸਤਾਦ ਮੰਨਦਾ ਹੈ, ਵੱਡਾ ਭਰਾ ਵੀ ਹੈ, ਭਿੰਦਾ ਹੈ ਉਸਤਾਦ ਵੀ ਮੰਨਦਾ ਹੈ। ਔਰ ਸਾਹਮਣੇ ਸੇਵਕ ਦੀ ਕਬੱਡੀ ਪੈ ਚੁੱਕੀ ਹੈ, ਜਿਹੜੀਆਂ ਟੀਮਾਂ ਨਵੀਆਂ ਆ ਰਹੀਆਂ ਇੱਕ ਸਾਈਡ 'ਤੇ ਹੋ ਕੇ ਜ਼ਰੂਰ ਬੈਠ ਜਾਣਗੀਆਂ, ਕਿਉਂਕਿ ਕਲਸੀਆਂ ਅਤੇ ਸਰਾਵਾਂ ਦਾ ਮੈਚ ਵੇਖਣ ਦੇ ਲਈ ਦੁਨੀਆ ਪੱਬਾਂ ਭਾਰ ਹੋਈ ਬੈਠੀ ਹੈ ਵੀ ਅੱਜ ਇੰਦਰਜੀਤ ਕਾਕੇ ਸ਼ੇਰੋਂ ਦੇ ਸੱਦੇ 'ਤੇ ਪੁੱਜਾ ਹੋਇਆ। ਆਹ ਦੂਜੇ ਪਾਸੇ ਸੇਵਕ ਅਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ। ਕਮਲ ਦੀ ਕਬੱਡੀ, ਕਮਲਦੀਪ ਕਲਸੀਆਂ ਵਾਲਾ ਜਿਹੜੀ ਸਰਾਵਾਂ ਦੀ ਟੀਮ ਹੈ, ਸਾਡਾ ਭਰਾ ਲਾਲਾ ਲਾਲੇ ਨੇ ਸਪੋਂਸਰ ਕੀਤੀ ਹੈ। ਇੱਕ ਲਾਲੇ ਦੇ ਨਾਂ 'ਤੇ ਆਪਾਂ ਤਾੜੀ ਜ਼ਰੂਰ ਮਾਰ ਦੇਈਏ। ਲਾਲਾ ਚੀਮਿਆਂ ਵਾਲਾ ਅੱਜ ਉਸ ਭਰਾ ਨੇ ਟੀਮ ਸਪੋਂਸਰ ਕੀਤੀ ਹੈ। ਕਾਲੇ ਔਲਖੋਰਾਂ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਖੇਡ ਮੈਦਾਨ 'ਚ। ਕਮਲਦੀਪ ਕਲਸੀਆਂ ਵਾਲੇ ਦੀ ਕਬੱਡੀ ਹੈ। ਭੂੰਦੜ ਵਾਲਾ ਅਮਨਾ ਮੇਰੇ ਵੀਰੋ ਕਰਦਾ ਹੋਇਆ ਟਰਾਈ, ਸੂਬਾ ਭੋਡੀ ਪੂਰੀਆ ਕਰੇਗਾ ਫੈਸਲਾ। ਕਬੱਡੀ 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 ਕਬੱਡੀ, ਇਹ ਆ ਭੂੰਦੜ ਵਾਲਾ ਅਮਨਾ ਮੇਰੇ ਵੀਰੋ ਸਿਰਾ ਕਰਾ ਗਿਆ ਹੈ। ਕਮਲਦੀਪ ਨੂੰ ਜਫਾ ਲੱਗ ਚੁੱਕਿਆ ਹੈ। ਇਹ ਹੈ ਕਰਨ ਦਿਆਲਪੁਰੇ ਵਾਲਾ ਰੁਪਿੰਦਰ ਜੀ, ਕਰੋ ਗੱਲ ਮੁੰਡੇ ਦੀ। ਕਰਨ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਨੇ ਚੋਣ ਕੀਤੀ ਹੈ। ਲੈ ਵੀ ਕਾਲਿਆ ਔਲਖਾ ਫਿਰ ਵੇਖੀਏ ਇੱਧਰ ਮੈਚ, ਆਹ ਵੇਖਣ ਵਾਲਾ ਨੌਜਵਾਨਾਂ ਦੁਨੀਆ ਦੇ ਸਟਾਰ ਖੇਡ ਰਹੇ। ਇੱਕ ਪਾਸੇ ਘੋੜਾ ਤੇ ਦੂਜੇ ਪਾਸੇ ਕਰਨ, ਨੰਬਰ ਦੀ ਤਿਆਰੀ ਜਾਫੀ ਦੀ ਵੀ ਹੈ। ਰੇਡਰ ਵੀ ਕਹਿੰਦੇ ਹੁਣ ਮੈਨੂੰ ਲੱਗਦਾ ਵੀ ਕਮਾਲ ਕਮਾਲ, ਆਹ ਐਕਸ਼ਨ ਆਹ ਐਕਸ਼ਨ ਆਹ ਐਕਸ਼ਨ ਦੇਖਣ ਯੋਗ। ਕਰਨ ਕਰਨ ਤੇ ਘੋੜਾ, ਵਾਹ ਕਰਨ ਐਵੇਂ ਨਹੀਂ, ਸ਼ਾਹਕੋਟੀਆਂ ਨੇ ਚੋਣ ਕੀਤੀ ਆਹ ਖਿਡਾਰੀ ਦੀ। ਜੇ ਆਹ ਨੰਬਰ ਵਧੀਆ ਲੱਗਾ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਿਓ ਮੇਰੇ ਪੰਜਾਬੀ ਵੀਰੋ। ਆਓ ਸਾਹਮਣੇ ਵੇਖਦਾ ਵੀ ਕਬੱਡੀ ਰਵੀ, ਰੇਡਰ ਨੂੰ 200 ਰੁਪਈਆ ਸਾਡੇ ਨਰਿੰਦਰ ਸਿੰਘ ਜੀ ਚਹਿਲ ਸਾਹਿਬ ਵੱਲੋਂ 200 ਰੁਪਈਆ ਸਟੇਜ ਵਾਹ। ਇਹ ਹੈ ਨੌਜਵਾਨ ਰਵੀ, ਇੱਕ ਰਵੀ ਸਿੰਘ ਹੈ ਖਾਲਸਾ ਏਡ। ਰਣਧੀਰ ਵੱਲੋਂ 100 ਰੁਪਈਆ ਆ ਗਿਆ ਕਰਨ ਦਿਆਲਪੁਰੇ ਦੇ ਲਈ। ਜੱਸੀ ਵੀਰ ਵੱਲੋਂ ਕਰਨ ਦੇ ਲਈ 100 ਰੁਪਈਆ ਦੇ ਮਾਨ ਸਨਮਾਨ ਆਏ ਹੈ। ਆ ਗਿਆ ਗੁਰਸੇਵਕ ਹਰੀਗੜ ਵਾਲਾ, ਚਾਰ ਦੱਸਣਗੇ ਜੋ ਕਹਿੰਦੇ ਕੰਮ ਰਵੀ ਸਿੰਘ ਕਰ ਗਈ ਉਹ ਕੋਈ ਹੋਰ ਨਹੀਂ ਕਰ ਸਕਿਆ ਮੇਰੇ ਪੰਜਾਬੀ ਵੀਰੋ। ਆਹ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ। ਇਸ ਵੇਲੇ ਗੁਰਸੇਵਕ ਸਿੰਘ ਇੰਦਰ ਮੈਚ ਦਾ ਸਵਾਦ ਬਾਜੀਆਂ ਪੈ ਰਹੀਆਂ, ਬਾਜੀਆਂ ਪੈਂਦੇ ਨੇ ਲਲਕਾਰੇ। ਨਾਨਕ ਸਰ ਚੀਮਿਆਂ ਦਾ ਕੱਪ ਹੈ, ਐਨ ਗੱਲਾਂ ਵੱਖਰੀਆਂ। ਕਾਲਾ ਧਨੌਲੇ ਵਾਲਾ ਭੁਚਾਲ ਬਣਿਆ ਫਿਰਦਾ ਹੈ। ਔਰ ਦੂਜੇ ਪਾਸੇ ਵੇਖਦਾ ਵੀ ਇਸ ਵੇਲੇ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ। ਮੈਚ ਦੀ ਸਮਾਪਤੀ, ਜਿੱਤਿਆ ਜਿਹੜਾ ਮਰਜ਼ੀ ਹੈ, ਜੇ ਆਹ ਮੈਚ ਨੇ ਤੁਹਾਡੇ ਦਿਲ ਜਿੱਤ ਲਏ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਿਓ।
ਸਰਾਮਾ ਦੇ ਨੰਬਰ ਨੇ ਸਾਡੇ 11, ਕਲਸੀਆਂ ਦੇ ਨੰਬਰ ਨੇ 13। ਐਂਡ ਸਿਰੇ ਦਾ ਮੈਚ ਲੱਗਿਆ ਹੈ।